ਅਸਲਾਮ ਵਾਲੇਕੁਮ ਮੇਰੇ ਸਰਾਇਕੀ ਵਸੇਬ ਦੇ ਬਿਰਾਵਤ ਵਾਲੇ ਦੇਖਦੇ ਪਿਓ ਸਰਾਇਕੀ ਨਿਊਜ਼ ਚੈਨਲ। ਇਮਰਾਨ ਖਾਨ ਦੇ ਬਾਰੇ ਗੱਲ ਕਰੇ ਸੂੰ, ਇਮਰਾਨ ਖਾਨ ਦੇ ਕਿਤੇ ਬਹੁਤ ਵੱਡੀ ਖੁਸ਼ਖਬਰੀ, ਇਮਰਾਨ ਖਾਨ ਦੇ ਕਿਤੇ ਜਿਹੜਾ ਹੁਣ ਹਾਲਾਤ ਚੇਂਜ ਥੀਨੇ ਪੈਣ। ਜੀ ਹਾਂ, ਇਮਰਾਨ ਖਾਨ ਜਿਹੜਾ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਬ੍ਰਾਂਡ ਹੈ ਔਰ ਪੂਰਾ ਪਾਕਿਸਤਾਨ ਚਾਹੁੰਦੇ ਕਿ ਸਾਰਾ ਇਮਰਾਨ ਖਾਨ ਹੀ ਹਕੂਮਤ ਕਰੇ, ਹਾਲਾਤ ਚੇਂਜ। ਈਵਨ ਕਿ ਅਗਰ 2021 ਦੀ ਗੱਲ ਕਰੋ ਤਾਂ ਤਕਰੀਬਨ ਸਾਰੇ ਨਿਊਜ਼ ਚੈਨਲ ਜਿਹੜਾ ਉਹ ਇਮਰਾਨ ਖਾਨ ਦੇ ਮੁਖਾਲਿਫਾਂ 'ਤੇ ਆਏ ਵਧੇ ਹਨ। ਇੱਕ ਅੱਧੇ ਚੈਨਲ ਕੁਛ ਛੋੜ ਦੇ, ਬਾਕੀ ਤਕਰੀਬਨ ਚੈਨਲ ਵੀ ਅਤੇ ਐਂਕਰ ਪਰਸਨ ਵੀ ਇਮਰਾਨ ਖਾਨ ਦੇ ਪਿੱਛੋਂ ਹੱਥ ਧੋ ਤੇ ਪਏ ਹਨ। ਇਵੇਂ ਸਮਝੋ ਕਿ ਇਮਰਾਨ ਖਾਨ ਨੂੰ ਜ਼ਿੱਚ ਕੀਤੀ ਪਏ ਹਨ, ਸ਼ਾਇਦ ਉਹਨੇ ਕੋਈ ਫੀਡ ਮਿਲਦੀ ਪਈ, ਉਹਨੇ ਕੋਈ ਦੱਸਿੰਦਾ ਪਿਆ ਕਿ ਯਾਰ ਤੂੰ ਹੀ ਬੰਦੇ ਨੂੰ ਜਿਹੜਾ ਟੋਰਚਰ ਕਰਦੇ ਰੱਖਣਾ ਹੈ। ਜੀਓ ਨਿਊਜ਼ ਜਿਹੜਾ ਇਮਰਾਨ ਖਾਨ ਦਾ ਕੱਟੜ ਦੁਸ਼ਮਣ ਆ, ਉਹ ਚੈਨਲ ਆ ਜਿਹੜਾ ਹਰ ਵਕਤ ਹੱਥ ਧੋ ਤੇ ਇਮਰਾਨ ਖਾਨ ਦੇ ਪਿੱਛੋਂ ਪਿਆ ਵਧਾ, ਉਹ ਹੀ ਹੁਣ ਇਮਰਾਨ ਖਾਨ ਦੀਆਂ ਤਾਰੀਫਾਂ ਕਰਨ ਪੈ ਗਏ। ਜੀ ਆ, ਆਪਣੇ ਨਿਊਜ਼ ਚੈਨਲ 'ਤੇ ਇਮਰਾਨ ਖਾਨ ਦਾ ਨਾਮ ਵੀ ਗਿਣਦੇ ਆਉਂਦੇ ਹਨ, ਹੁਣ ਤਸਵੀਰਾਂ ਵੀ ਗਿਣਦੇ ਆਉਂਦੇ ਹਨ। ਹਾਲਾਂਕਿ 2021 ਨੇ ਬਾਅਦ ਜਾਂ ਪਿਛਲੇ 1.5-2 ਸਾਲ ਹੈਗੇ ਨੇ ਇਮਰਾਨ ਖਾਨ ਨੂੰ ਜਿਹੜਾ ਇਸਟੈਬਲਿਸ਼ਮੈਂਟ 'ਚ ਜੱਜ ਕਰਦੇ ਰੱਖ ਦਿੱਤੇ ਕਿ ਕਹੀਂ ਨਾ ਕਹੀਂ ਤਰੀਕੇ ਇਮਰਾਨ ਖਾਨ ਟੁੱਟ ਵੰਜੇ, ਉਹ ਕੋ ਜ਼ੱਦੋ ਕੋਬ ਕੀਤੇ ਨੇ, ਉਹ ਕੁਝ ਜੇਲ੍ਹ ਠੱਕੀ ਰਹਿ ਗਏ, ਬੜੀ ਕੋਸ਼ਿਸ਼ ਕੀਤੇ ਨੇ ਇਸਟੈਬਲਿਸ਼ਮੈਂਟ ਜਾਂ ਅਪੋਜੀਸ਼ਨ ਕਿ ਇਮਰਾਨ ਖਾਨ ਨੂੰ ਜਿਹੜਾ ਟਰੋੜ ਜੂੰ ਔਰ ਉਹ ਬੇਬਸ ਥੀ ਵੰਜੇ ਔਰ ਉਹ ਗਿਵ ਅਪ ਕਰ ਦੇਵੇ, ਆਪਣੇ ਹੱਥ ਖੜ੍ਹੇ ਕਰ ਦੇਵੇ। ਲੇਕਿਨ ਇਮਰਾਨ ਖਾਨ ਇਸਟੈਬਲਿਸ਼ਮੈਂਟ ਨੂੰ ਡੰਡਾ ਦੇ ਤੇ ਰੱਖੇ, ਉਹਨਾਂ ਦੀ ਬੱਕਰੀ ਲਾਤ ਰੱਖੇ ਕਿ ਉਹ ਆ ਕੇ ਮੇਰਾ ਨਾਂ ਖਾਨ ਹੀ ਨਾ ਥਿਆ ਜੋ ਮੈਂ ਅਗਰ ਪਿਛਤੇ ਹਟ ਵੰਜਾ। 1.5 ਸਾਲ ਨੇ ਹਾਲੇ ਤੱਕ ਹੀ ਡਟਿਆ ਪਏ, 1 ਸਾਲ ਨੇ ਜ਼ਿਆਦਾ ਅਰਸਾ ਉਹ ਜੇਲ੍ਹ ਇੱਥੇ ਗਏ, ਲੇਕਿਨ ਵਲਾਗ ਡਟਿਆ ਪਏ, ਆਵਾਮ ਦੇ ਵਿੱਚ ਮਕਬੂਲੀਅਤ ਵਧਦੀ ਵਧਦੀ ਰਹਿੰਦੀ ਹੈ ਔਰ ਇਸਟੈਬਲਿਸ਼ਮੈਂਟ ਹੁਣ ਬੇਬਸ ਸੀਗੇ। ਇਸਟੈਬਲਿਸ਼ਮੈਂਟ ਚਾਹੁੰਦੀ ਹੈ ਕਿ ਇਮਰਾਨ ਖਾਨ ਠੱਕਿਆ ਰਹੇ, ਅਸਾਂ ਹਕੂਮਤ ਕਰੂੰ। ਆਵਾਮ ਚਾਹੁੰਦੀ ਹੈ ਕਿ ਇਸਟੈਬਲਿਸ਼ਮੈਂਟ ਨਿਕਲ ਵੰਜੇ ਅਤੇ ਇਮਰਾਨ ਖਾਨ ਹਕੂਮਤ ਕਰੇ। ਇਮਰਾਨ ਖਾਨ ਦੀ ਫੈਨ ਫਾਲੋਇੰਗ ਜਾਂ ਉਹਦੇ ਦੀਵਾਨਾਪਨ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਕਿਸ ਕਦਰ ਜ਼ਿਆਦਾ ਹੈ ਔਰ ਇਮਰਾਨ ਖਾਨ ਦੀ ਜ਼ਰੂਰਤ ਨੂੰ ਬਹਾਦਰੀ ਕੋ ਸਲਾਮ ਹੈ ਕਿ ਇੱਕ ਸੁੱਤੀ ਹੋਈ ਕੌਮ ਦੇ ਕਿਤੇ ਵੀ ਉਹ ਬੰਦਾ ਜਿਹੜਾ ਹਾਲੇ ਤੱਕ ਜਾਗਦਾ ਪਏ ਔਰ ਹਾਲੇ ਤੱਕ ਤਗੋਦੋ ਕੋਸ਼ਿਸ਼ ਕੀਤੀ ਪਏ, ਮੁਸ਼ਕਲਾਂ ਬਰਦਾਸ਼ਤ ਕੀਤੀ ਪਏ ਤਾਂ ਕਿ ਹੀ ਕੌਮ ਦੇ ਕਿਤੇ ਕੁਝ ਭਲਾਈ ਕਰਦੇ ਵੰਜਾ। ਆਏ ਰੋਜ਼ ਅਸਲੇ ਉੱਤੇ ਨਵੇਂ ਬਿਜਲੀ ਦੇ ਬਿੱਲ, ਐਟਮ ਬੰਬ ਗਿਰਾਏ ਹੋਏ ਨੇ ਉਹਨਾਂ ਨੇ, ਜਾਂ ਪੈਟਰੋਲ ਮਹਿੰਗਾਈ ਥੀ ਨੂੰ, ਜਾਂ ਹੋਰ ਬੇਸਿਕ ਜਿਹੜੀਆਂ ਅਸ਼ਿਆ ਹਨ, ਘਿਓ, ਚੀਨੀ, ਦਾਲ ਵਗੈਰਾ, ਉਹ ਵੀ ਜਿਹੜਾ ਡੇ ਬਾਈ ਡੇ ਮਹਿੰਗਾ ਕੀਤੀ ਚਾਹੀਦੇ ਨੇ। ਗਰੀਬ ਆਵਾਮ ਦਾ ਜੀਵਣਾ ਹਰਾਮ ਕਰਕੇ ਰੱਖ ਦਿੱਤੇ ਨੇ, ਲੇਕਿਨ ਇਹਦੇ ਬਾਵਜੂਦ ਇਮਰਾਨ ਖਾਨ ਆਪਣੇ ਕਿਤੇ ਨਿਕਲਦਾ ਪਏ, ਲੇਕਿਨ ਆਵਾਮ ਕੋ ਇਤਨਾ ਅਹਿਸਾਸ ਨਹੀਂ ਥੀਂਦਾ ਕਿ ਅਸਾਂ ਆਪਣੇ ਹਕੂਕ ਦੇ ਕਿਤੇ ਨਿਕਲੂੰ। ਖੈਰ, ਇਮਰਾਨ ਖਾਨ ਦੇ ਦੀਵਾਨੇ ਦੇ ਕਿਤੇ ਬੜੀ ਖੁਸ਼ਖਬਰੀ ਹੈ, ਹੁਣ ਅਦਾਲਤ ਨੇ ਵੀ ਹੁਣ ਇੱਕ ਫੈਸਲਾ ਕਰ ਦਿੱਤੇ ਐਡਹੋਕ ਜੱਜ ਦੇ ਹਿਸਾਬ ਨਾਲ। ਜਿਹੜਾ ਬਰਿਸਟਰ ਗੋਹਰ ਚੇਅਰਮੈਨ PTI ਹੈ, ਉਹ ਕਹਿੰਦੇ ਕਿ ਐਡਹੋਕ ਜੱਜਾਂ ਨੂੰ ਬਿਲਖਸੂਸ ਹੀ ਸੰਗ ਉਹ ਤੈਨਾਤ ਕੀਤਾ ਪੈਂਦਾ ਪਏ ਤਾਂ ਕਿ ਅਦਾਲਤ ਜਿਹੜਾ ਅਦਾਲਤ ਦਾ ਫੈਸਲਾ ਇਸਟੈਬਲਿਸ਼ਮੈਂਟ ਨਾ ਮੰਨੇ, ਕਿਉਂਕਿ ਅਦਾਲਤ ਨੇ ਇਮਰਾਨ ਖਾਨ ਦੇ ਹੱਕ 'ਚ ਫੈਸਲਾ ਕਰ ਦਿੱਤਾ ਕਿ ਇਮਰਾਨ ਖਾਨ ਨੂੰ ਰਿਹਾਅ ਕੀਤਾ ਵੰਜੇ, ਜਾਂ ਉਹਦੇ ਜਿਹੜੇ ਵੀ ਤੋਸ਼ਾਖਾਨਾ ਦੇ ਕੇਸਿਸ ਜਾਂ ਬੁਸ਼ਰਾ ਬੀਬੀ ਦੇ ਹਵਾਲੇ ਨਾਲ ਕੇਸਿਸ ਹਨ ਉਹਨੂੰ ਖਤਮ ਕੀਤਾ ਵੰਜੇ, ਕਿਉਂਕਿ ਇਹ ਬੇਬੁਨਿਆਦ ਕੇਸਿਸ ਹਨ। ਲੇਕਿਨ ਇਹਦੇ ਬਾਵਜੂਦ ਵੀ ਇਮਰਾਨ ਖਾਨ ਨੂੰ ਜਿਹੜਾ ਹਾਲੇ ਤੱਕ ਕੈਦ ਕਰਕੇ ਰੱਖਣਾ ਕੋਸ਼ਿਸ਼ ਕੀਤੀ ਵੈਂਦੀ ਪਈ ਹੈ ਕਿ ਬਈ ਇਮਰਾਨ ਖਾਨ ਨੂੰ ਕਹੀਂ ਤਰੀਕੇ ਬਾਹਰ ਨਾ ਨਿਕਲਣ ਦਿਓ, ਕਿਉਂਕਿ ਇਮਰਾਨ ਖਾਨ ਬਾਹਰ ਨਿਕਲ ਗਿਆ ਡੇ ਹੀ ਨੇ ਡੰਡਾ ਦੇ ਸੇ, ਅਤੇ ਉਹ ਹੀ ਡੰਡੇ ਦੇ ਡਰ ਕਨੇ ਕੋਸ਼ਿਸ਼ ਕੀਤੀ ਪੈਣ ਕਿ ਕੋਈ ਨਾ ਕੋਈ ਝੂਠਾ ਮੋਟਾ ਕੇਸ ਪਾ ਅਤੇ ਹਾਲੇ ਵੀ ਇਮਰਾਨ ਖਾਨ ਕੋਲ ਅੰਦਰ ਠੇਕੀ ਰਹੂੰ। ਲੇਕਿਨ ਹੁਣ ਆਵਾਮ ਕੋ ਵੀ ਸ਼ਊਰ ਆ ਗਏ, ਹੁਣ ਆਵਾਮ ਵੀ ਨਿਕਲਣ ਪੈ ਗਈ ਆਪਣੇ ਹੱਕ ਦੇ ਕਿਤੇ ਵੀ ਔਰ ਆਪਣੇ ਲੀਡਰ ਇਮਰਾਨ ਖਾਨ ਦੇ ਕਿਤੇ ਵੀ। ਬਾਕੀ ਹੁਣ ਦੇਖ ਦੂੰ ਕਿ ਕਿਆ ਅੱਗੇ ਤੇ ਅੱਜ ਫੈਸਲੇ ਥੀਂਦੇ, PTI ਦਾ ਫੈਸਲਾ ਵੀ ਹੈ, ਸੁੰਨੀ ਕੌਂਸਲ ਦਾ ਅਤੇ PTI ਦਾ ਜਿਹੜੇ ਆਪਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਜਲਾਸ ਹੈ, ਇਨ ਦੋਵਾਂ ਦਾ ਇੱਕ ਗੱਠਜੋੜ ਵੀ ਹੈ, ਹੁਣ ਦੇਖ ਦੂੰ ਕਿ ਆਪਸ ਵਿੱਚ ਕਿਆ ਫੈਸਲਾ ਕਰਦੇ ਨੇ ਅਤੇ ਕਿਆ ਨਵੀਂ ਚੀਜ਼ ਨਿਕਲਦੇ ਸਾਹਮਣੇ ਆਉਂਦੀ ਹੈ। ਬਹਰਹਾਲ ਇਮਰਾਨ ਖਾਨ ਦੇ ਹੱਕ ਦੇ ਵਿੱਚ ਹੀ ਫੈਸਲੇ ਥੀ ਬਣੇ ਔਰ ਜਿਸ ਹਿਸਾਬ ਨਾਲ ਇਮਰਾਨ ਖਾਨ ਦੀ ਤਰੱਕੀ ਥੀਂਦੀ ਪਈ ਹੈ, ਇਮਰਾਨ ਖਾਨ ਦੇ ਬਾਰੇ ਅੱਛੀਆਂ ਅੱਛੀਆਂ ਪੋਜ਼ਿਟਿਵ ਗਾਲੀਆਂ ਆਉਂਦੀਆਂ ਪੈਣ, ਬਹੁਤ ਜਲਦ ਇਮਰਾਨ ਖਾਨ ਵੀ ਰਿਹਾ ਥੀ ਸੇ ਔਰ ਆਵਾਮ ਦਾ ਜਿਵੇਂ ਜ਼ੋਰ ਹੈ ਕਿ ਇਮਰਾਨ ਖਾਨ ਹੀ ਅਸੀਂ ਕੋਲ ਲੀਡ ਕਰੇ, ਉਹ ਹੀ ਅਸਲਾ ਵਜ਼ੀਰ ਆਜ਼ਮ ਬਣੇ, ਤਾਂ ਸ਼ਾਇਦ ਆਉਣ ਵਾਲੇ ਮਹੀਨੇ ਦੇ ਵਿੱਚ ਆਪਾਂ ਦੇਖੋ ਕਿ ਇਮਰਾਨ ਖਾਨ ਇੱਕ ਦਫ਼ਾ ਵਲਾ ਵਜ਼ੀਰ ਆਜ਼ਮ ਪਾਕਿਸਤਾਨ ਦੇ ਸੀਟ 'ਤੇ ਬਾਵੇ ਅਤੇ ਆਪਣੀ
ਸੁੱਤੀ ਹੋਈ ਕੌਮ ਕੋ ਆਪਣੀ ਬੇਬਸ ਅਤੇ ਮਜ਼ਲੂਮ ਕੌਮ ਕੋ ਇੱਕ ਦਫ਼ਾ ਵਲਾ ਸਹਾਰਾ ਦੇਵੇ। ਅਸਾਂ ਜਿਹੜੇ ਆਏ ਰੋਜ਼ ਪਿੱਸੇ ਪਿਉਂ, ਇੱਕ ਬੰਬ ਅੰਜਣ ਖਤਮ ਥੀਂਦੇ ਅਤੇ ਦੂਜਾ ਬੰਬ ਆ ਵੇਂਦੇ, ਅਤੇ ਇਵੇਂ ਸਮਝੋ ਕਿ ਜ਼ਿੱਚ ਕਰਕੇ ਰੱਖ ਦਿੱਤੇ ਹਕੂਮਤ ਵੀ ਅਤੇ ਇਸਟੈਬਲਿਸ਼ਮੈਂਟ ਵੀ ਆਵਾਮ ਕੋਲ, ਅਤੇ ਉਹ ਆਵਾਮ ਹੁਣ ਆਪਣੇ ਹੱਕ ਦੇ ਕਿਤੇ ਵੀ ਨਿਕਲਦੀ ਪਈ ਹੈ, ਇਮਰਾਨ ਖਾਨ ਦੇ ਕਿਤੇ ਵੀ ਨਿਕਲਦੀ ਪਈ ਹੈ, ਜੱਜਸ ਵੀ ਫੈਸਲਾ ਇਮਰਾਨ ਖਾਨ ਦੇ ਹੱਕ 'ਚ ਦਿੰਦੇ ਪੈਣ, ਅਤੇ ਕਾਫੀ ਸਾਰੀਆਂ ਪੋਜ਼ੀਟਿਵ ਚੀਜ਼ਾਂ ਜਿਹੜਾ ਇਮਰਾਨ ਖਾਨ ਦੇ ਹੱਕ 'ਚ ਥੀਂਦੇ ਪੈਣ। ਹੁਣ ਬਹੁਤ ਜਲਦ ਇਵੇਂ ਲੱਗਦਾ ਕਿ ਇਮਰਾਨ ਖਾਨ ਛੋਟੀ ਵੈਸੇ ਔਰ ਇੱਕ ਦਫ਼ਾ ਵਾਲਾ ਵਜ਼ੀਰ ਆਜ਼ਮ ਹੀ ਬਣਸੇ, ਲੇਕਿਨ ਇਮਰਾਨ ਖਾਨ ਛੁੱਟ ਗਿਆ ਅਪੋਜੀਸ਼ਨ ਕੋਲ, ਇੱਕ ਦਫ਼ਾ ਇਹਨੇ ਕਰ ਇਵੇਂ ਸਮਝੋ ਡੰਡਾ ਦੇ ਦੇਣਾ ਔਰ ਅਪੋਜੀਸ਼ਨ ਦੀ ਬੱਕਰੀ ਲਾ ਦੇਣੀ ਹੈ। ਤੂੰ ਅਸੀਂ ਬਾਰੇ ਕਿਹਾ ਕਿ ਸੋ ਮੇਰੇ ਸਰੈਕੀ ਬਿਰਾਵੋ ਤਾਂ ਲਾਜ਼ਮੀ ਚੈਨਲ ਸਬਸਕ੍ਰਾਈਬ ਵਗੈਰਾ ਕਰ ਛੋੜੋ।